ਸੋਲਰ ਵਾਟਰ ਹੀਟਰ ਦੀ ਕਿੱਟ ਐਲਜੀ ਕੋਰੀਆ ਨੇ ਡਿਜ਼ਾਈਨ ਕੀਤੀ ਹੈ। ਇਹ ਕਿੱਟ ਜ਼ਿਆਦਾਤਰ ਰਬੜ ਦੀ ਬਣਾਈ ਹੁੰਦੀ ਹੈ। ਇਸ ਦੇ ਦਿਲ ਇੱਕ ਫ੍ਰੈਸਨਲ ਲੈਂਸ ਹੈ ਜੋ ਕਿ ਸੂਰਜ ਦੀਆਂ ਕਿਰਨਾਂ ਨੂੰ ਫੋਕਸ ਕਰਦਾ ਹੈ। ਚਾਰ ਟੁਕੜਿਆਂ ਨੂੰ ਇਕੱਠੇ ਕਰਕੇ ਆਪਣੇ ਰੈਕਟੈਂਗਲ ਫਰੇਮ 'ਤੇ ਜੋੜੋ। ਇਸ ਫਰੇਮ 'ਤੇ ਇੱਕ ਪਾਣੀ ਦੇ ਭਾਂਡਾ ਹੈ ਜਿਸ ਨੂੰ ਗਰਮ ਕਰਨਾ ਹੈ। ਹੁਣ ਦੋ ਵਰਟੀਕਲ ਸਪੋਰਟ ਨੂੰ ਫਿਕਸ ਕਰੋ ਨੱਟ ਬੋਲਟ ਦੇ ਨਾਲ। ਫਰੇਮ ਦੇ ਉੱਤੇ ਇੱਕ ਵੱਡਾ ਰੈਕਟੈਂਗ ਆਕਾਰ ਦਾ ਸਲੋਟ ਹੈ ਜਿੱਥੇ ਫ੍ਰੈਸਨਲ ਲੈਂਸ ਨੂੰ ਫਿਕਸ ਕੀਤਾ ਹੈ। ਫ੍ਰੈਸਨਲ ਲੈਂਸ ਇੱਕ ਪਤਲਾ ਪਲਾਸਟਿਕ ਲੈਂਸ ਹੈ ਜੋ ਸੂਰਜ ਦੀਆਂ ਕਿਰਨਾਂ ਨੂੰ ਫੋਕਸ ਕਰਦਾ ਹੈ। ਫ੍ਰੈਸਨਲ ਲੈਂਸ ਦੋ ਵਰਟੀਕੁਲਰ ਸਪੋਰਟ ਉੱਤੇ ਉੱਤੇ ਰੱਖ ਦਵੋ। ਹੁਣ ਐਲਮੀਨੀਅਮ ਦੇ ਭਾਂਡੇ ਨੂੰ ਇਸ ਦੇ ਨੀਚੇ ਸਲੋਟ ਉੱਤੇ ਰੱਖ ਦਵੋ ਅਤੇ ਇਸ ਵਿੱਚ ਪਾਣੀ ਭਰ ਲਵੋ। ਹੁਣ ਲੈਂਸ ਨੂੰ ਇਸ ਤਰ੍ਹਾਂ ਫਿਕਸ ਕਰੋ ਤਾਂ ਜੋ ਸੂਰਜ ਦੀ ਜ਼ਿਆਦਾਤਰ ਰੋਸ਼ਨੀ ਪਾਣੀ ਉੱਤੇ ਪਵੇ। ਐਂਗਲ ਲੈਂਸ ਦਾ ਪ੍ਰੋਟੈਕਟਰ ਸਾਈਡ 'ਤੇ ਰੱਖ ਕੇ ਵੀ ਕਰ ਸਕਦੇ ਹੋ। ਹੁਣ ਇੱਕ ਥਰਮਾਮੀਟਰ ਨਾਲ ਫਿਕਸ ਕਰੋ ਜਿਵੇਂ ਉਹ ਪਾਣੀ ਦੇ ਭਾਂਡੇ ਵਿੱਚ ਡੁੱਬ ਜਾਏ। ਹੁਣ ਦੇਖੋਗੇ ਕਿ ਹੈਰਾਨ ਹੋਵੋਗੇ, ਥਰਮਾਮੀਟਰ 'ਚ 29 ਡਿਗਰੀ ਸੈਲਸੀਅਸ ਤਾਪਮਾਨ ਸੀ ਅਤੇ ਇੱਕ ਘੰਟੇ ਬਾਅਦ ਧੁੱਪ 'ਚ ਰੱਖਣ ਕਰਕੇ ਉਹ 48 ਡਿਗਰੀ ਸੈਲਸੀਅਸ ਹੋ ਗਿਆ ਹੈ। ਇਹ ਹੈਰਾਨੀਜਨਕ ਹੈ।